ਬੈਲ ਸਲੀਵ ਬਣਾਉਣ ਦੇ ਲਈ 18 ਇੰਚ ਇਸ ਦੀ ਮੈਂ ਲੰਬਾਈ ਲਈ ਹੈ ਤੇ 10 ਇੰਚ ਡਬਲ ਫੋਲਡ ਕਰਕੇ ਕਪੜੇ ਦੀ ਚੜਾਈ ਲਈ ਹੈ 3 ਇੰਚ ਉੱਪਰ ਮੋਡੇ ਦੀ ਮੋਡੇ ਦਾ ਨਿਸ਼ਾਨ ਲਗਾ ਲੈਣਾ ਤੇ ਆਰਮ ਦਾ ਸੈਂਟਰ 9 ਇੰਚ ਆਇਆ 9 ਇੰਚ ਤੇ ਨਿਸ਼ਾਨ ਲਗਾ ਕੇ ਇਸ ਸਾਈਡ ਨੂੰ 6.5 ਇੰਚ ਤੇ ਨਿਸ਼ਾਨ ਲਗਾ ਲੈਣਾ ਤੇ 1.5 ਇੰਚ ਐਕਸਟਰਾ ਰੱਖ ਦੇਣਾ ਬਾਹਾਂ ਦੀ ਮੂਰੀ ਦੇ ਲਈ 8.5 ਇੰਚ ਰੱਖਿਆ ਤੁਸੀਂ ਇਹ ਮੂਰੀ ਆਪਣੇ ਹਿਸਾਬ ਦੇ ਨਾਲ ਘਟਵਾਦ ਕਰ ਸਕਦੇ ਹੋ ਤੇ ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਮੇਰੇ ਚੈਨਲ ਤੇ ਜਾ ਕੇ ਹੋਰ ਵੀਡੀਓਜ਼ ਦੇਖੋ ਵੀਡੀਓਜ਼ ਵਧੀਆ ਲੱਗੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਲਿਓ ਉੱਪਰੋਂ ਮੋਢੇ ਦੀ ਗੋਲਾਈ ਦੇ ਕੇ ਕਟਿੰਗ ਕਰਦਣੀ ਹੁਣ ਆਰਮ ਦੀ ਫਰੰਟ ਕਾਟ ਦੇ ਲਈ 1.5 ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਦੋ ਪੱਲੇ ਚੱਕ ਕੇ ਕਟਿੰਗ ਕਰਦੇ ਹੋ ਕੱਪੜੇ ਦੀਆਂ ਦੋ ਤਹਾਂ ਚੱਕ ਕੇ ਕਟਿੰਗ ਕਰਦੇ ਹੋ ਆਰਮ ਦੀ ਮੂਰੀ ਦੇ ਸਾਈਡ 1 ਇੰਚ ਦੀ ਗੁਲਾਈ ਦੇ ਦਿਓ ਕੋਈ ਵੀ ਲੈਸ ਲੈ ਕੇ ਇਸ ਨੂੰ ਇਦਾਂ ਪੁੱਠੀ ਰੱਖ ਲਿਓ ਤੇ ਇਸ ਦੇ ਉੱਪਰ ਲਾਈਨਿੰਗ ਰੱਖ ਕੇ ਸਿਲਾਈ ਲਗਾ ਦਿਓ ਇਸ ਲੈਸ ਤੇ ਜੋ ਸਿਲਾਈ ਲਗਾਉਣੇ ਆ ਜਾਂ ਤਾਂ ਤੁਸੀਂ ਸਿੰਗਲ ਫੁੱਟ ਦੇ ਨਾਲ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਫਿਰ ਨੂੰ ਥੋੜਾ ਜਿਹਾ ਟੇਢਾ ਕਰਕੇ ਵੀ ਲਗਾ ਸਕਦੇ ਹੋ ਸਿੰਗਲ ਫੁੱਟ ਦੇ ਨਾਲ ਇਹ ਸਿਲਾਈ ਕਿਨਾਰੇ ਤੇ ਲੱਗੂਗੀ ਤੇ ਇਸ ਦੇ ਨਾਲ ਬਹੁਤ ਹੀ ਫਿਨਿਸ਼ਿੰਗ ਆਊਗੀ ਹੁਣ ਲਾਈਨਿੰਗ ਨੂੰ ਪਲਟਾ ਕੇ ਇਸ ਤੇ ਦਾਬਮੀ ਸਲਾਈ ਲਗਾ ਦੇਣੀ ਇਸ ਦੇ ਦੋ ਫਾਇਦੇ ਹੋਗੇ ਇੱਕ ਤਾਂ ਇਹ ਸਾਨੂੰ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਤੇ ਦੂਜਾ ਇਸ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੈਸ ਲੱਗ ਗਈ ਬਹੁਤ ਹੀ ਸੋਹਣੀ ਦਾਬਮੀ ਸਲਾਈ ਲੱਗ ਗਈ ਹੁਣ ਇਸ ਦੀ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ 9 ਇੰਚ ਆਰਮ ਦਾ ਸੈਂਟਰ ਹੈ ਇਸ ਦੀ ਸਾਈਡ ਨੂੰ 6.5 ਇੰਚ ਫਿਟਿੰਗ ਦੇ ਨਿਸ਼ਾਨ ਲਗਾਉਣਾ ਜੋ ਆਰਮ ਦੀ ਮੂਰੀ ਦਾ ਨਿਸ਼ਾਨ ਲਗਾਉਣਾ ਉਹ ਮੈਂ 8.5 ਇੰਚ ਕਟਿੰਗ ਕੀਤੀ ਸੀਗੀ ਤੇ 8 ਇੰਚ ਇਹ ਤਿਆਰ ਰਹੇਗੀ ਸਲਾਈ ਲਗਾ ਕੇ ਕਮੀਜ਼ ਦਾ ਮੋਢਾ ਬਣ ਤਿਆਰ ਹੋ ਕੇ ਆਇਆ ਉਹਦਾ ਨਿਸ਼ਾਨ ਲਗਾ ਕੇ ਤਿੰਨਾ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਕੇ ਸਿਲਾਈ ਲਗਾ ਦੇਣੀ ਤੇ ਐਕਸਟਰਾ ਕੱਪੜੇ ਦੀ ਕਟਿੰਗ ਕਰ ਦੇਣੀ ਇਹ ਸਿਲਾਈ ਲੱਗ ਚੁੱਕੀ ਹੈ ਇਹ ਬਹੁਤ ਹੀ ਸੋਹਣੀ ਆਰਮ ਬਣ ਕੇ ਤਿਆਰ ਆ ਤੁਹਾਨੂੰ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ